प्रसिद्ध फिल्मकार लेखक अदाकार अदाकार मंगल ढिल्लों जल्द ही ऑपरेशन ब्लू स्टार ते एक डॉक्यूमेंट्री लेके दर्शकों सामने आ रहे हैं। उन्होंने मुताबिक इस डॉक्यूमेंट्री ऑपरेशन ब्लू स्टार ते सच लोगों सामने रखा जाएगा। मंगल ढिल्लों का कहना है कि ऑपरेशन ब्लू स्टार ले सियासी लोग जिम्मेवार ने। उन्होंने कहा कि लोगों की कचहरी च ही इस ते फैसला होगा कि इस ऑपरेशन ले सीधे तौर पर कौन जिम्मेवार है। मंगल ढिल्लों ने अमृतसर च प्रेस कॉन्फ्रेंस दौरान कहा कि उन्हों का मकसद किसी तरह के विवाद को खड़ा करना नहीं है। उन्होंने कहा कि ऑपरेशन ब्लू स्टार दौरान कोई दूजा नहीं सगों अपने ही मारे गए सन, इसलिए इसका सच सामने आना बहुत जरूरी है। ਮਰਨ ਵਾਲੇ ਵੀ ਸਾਡੇ ਸੀ ਅਤੇ ਮਾਰਨ ਵਾਲੇ ਵੀ ਸਾਡੇ ਸੀ। ਅਸੀਂ ਪੰਜਾਬ ਨੂੰ 100 ਸਾਲ ਪਿੱਛੇ ਲੈ ਗਏ, ਅਸੀਂ ਪੰਜਾਬ ਨੂੰ ਕਰਜਾਈ ਕਰਾ ਲਿਆ ਅਤੇ ਉਹ ਜਿਹੜੀ ਛਵੀ ਸੀ ਉਸ ਤੋਂ ਪਹਿਲਾਂ ਲੋਕ ਸਾਨੂੰ ਅਦਬ ਨਾਲ ਵੇਖਦੇ ਸੀ ਅਤੇ ਉਸ ਤੋਂ ਬਾਅਦ ਲੋਕ ਸਾਨੂੰ ਸ਼ੱਕ ਨਾਲ ਵੇਖਣ ਲੱਗੇ। ਇਸ ਤਰ੍ਹਾਂ ਪ੍ਰੋਜੈਕਟ ਕੀਤਾ ਗਿਆ ਸਾਰੀ ਚੀਜ਼ ਨੂੰ ਕਿ ਗੱਲ ਕਿੱਥੋਂ ਸ਼ੁਰੂ ਹੋਈ ਸੀ ਅਤੇ ਕਿੱਥੇ ਜਾ ਕੇ ਨਿਬੜੀ, ਅਤੇ ਨੁਕਸਾਨ ਸਿਰਫ ਸਾਡਾ ਆਪਦਾ ਹੋਇਆ, ਹੋਰ ਕਿਸੇ ਦਾ ਨਹੀਂ ਹੋਇਆ। ਇਹ ਸੱਚ ਜਦੋਂ ਸਾਹਮਣੇ ਆਊਗਾ, ਜਿਹੜਾ ਫੈਸਲਾ ਹੈ ਉਹ ਲੋਕਾਂ ਨੇ ਕਰਨਾ ਹੈ। ਅਸੀਂ ਤਾਂ ਸਿਰਫ ਸੱਚ ਨੂੰ ਸਾਹਮਣੇ ਲਿਆ ਕੇ ਰੱਖਣਾ ਕਿ ਜਿਹੜੇ ਲੋਕ ਉੱਥੇ ਇਨਵੋਲਵ ਸੀ, ਜਿਹੜੇ ਪ੍ਰਤਿਕਸ਼ ਦਰਸ਼ੀ ਸੀ, ਵੇਖਿਆ, ਜਿਨ੍ਹਾਂ ਨੇ ਹੰਢਾਇਆ, ਜਿਨ੍ਹਾਂ ਨੇ ਨੁਕਸਾਨ ਕਰਾਇਆ, ਤਰ੍ਹਾਂ ਤਰ੍ਹਾਂ ਦੇ ਲੋਕ ਹੈਗੇ ਆ, ਅਤੇ ਬਹੁਤ ਸਾਰਾ ਸੱਚ ਜਿਹੜਾ ਹੈਗਾ ਉਹ ਦੱਬ ਕੇ ਰਹਿ ਗਿਆ, ਉਹ ਨਹੀਂ ਆ ਸਕਿਆ ਸਾਹਮਣੇ, ਅਸੀਂ ਉਹਨਾਂ ਨੂੰ ਲੱਭਾਂਗੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।